ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਮੈਂ ਕਲਾਸ 12th ਦੇ ਲਈ ਜਿਹੜੇ ਕਿ ਪੰਜਾਬੀ ਲਿਟਰੇਚਰ ਦਾ ਸੈਕੰਡ ਟਰਮ ਦੇ ਲਈ ਜਿਹੜੇ ਕਿ ਉਹਨਾਂ ਦੇ ਸਿਲੇਬਸ ਦੇ ਵਿੱਚੋਂ ਸਾਹਿਤ ਬੋਧ ਦੇ ਵਿੱਚੋਂ ਇਸ ਤੋਂ ਇਲਾਵਾ ਸਟੂਡੈਂਟਸ ਸੈਕੰਡ ਟਰਮ ਦੇ ਲਈ ਉਹਨਾਂ ਦੇ ਮਾਡਲ ਟੈਸਟ ਪੇਪਰ 6 ਮਾਡਲ ਟੈਸਟ ਪੇਪਰ ਉਹਨਾਂ ਦੀ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ ਤੇ ਜਿਹੜੇ ਕਿ ਸ਼ੰਦ ਅਲੰਕਾਰ ਕੀ ਨੇ ਉਹਨਾਂ ਬਾਰੇ ਵੀਡੀਓ ਅਪਲੋਡ ਕੀਤੀ ਹੋਈ ਆ ਤੇ ਜਿਹੜੇ ਲੌਂਗ ਕੁਐਸਚਨ ਆ 6 ਮਾਰਕਸ ਦੇ ਨੇ ਵੀਰ ਰਾਸਤੇ ਕਿੱਸਾ ਕਾ ਵਾਲ ਉਹਨਾਂ ਦੇ ਵੀ ਜਿਹੜੇ ਕਿ ਵੀਡੀਓਜ਼ ਅਪਲੋਡ ਕੀਤੇ ਨੇ ਤੁਸੀਂ ਉਹ ਜ਼ਰੂਰ ਵਾਚ ਕਰਨੀਆਂ ਨੇ ਆਪਣੇ ਫੁੱਲ ਜਿਹੜੇ ਕਿ ਤੁਸੀਂ ਆਪਣੀ ਪ੍ਰੈਪਰੇਸ਼ਨ ਕਰਨੀ ਆ ਪੰਜਾਬੀ ਲਿਟਰੇਚਰ ਦੇ ਇਗਜ਼ਾਮ ਦੇ ਲਈ ਤੇ ਇਸ ਵੀਡੀਓ ਦੇ ਵਿੱਚ ਹੁਣ ਮੈਂ ਤੁਹਾਨੂੰ ਸਾਹਿਤ ਬੋਧ ਦੇ ਵਿੱਚੋਂ ਸਾਹਿਤ ਰੂਪ ਆ ਜਿਹੜੇ ਕਿ 6 ਮਾਰਕਸ ਦਾ ਜੋ ਤੁਹਾਨੂੰ ਕੁਐਸਚਨ ਆਉਣਾ ਹੈ ਇਹਦੇ ਵਿੱਚੋਂ ਤੁਹਾਡੇ ਸਿਲੇਬਸ ਦੇ ਵਿੱਚ ਨੇ ਚਾਰ ਨਿਵੰਦ ਜੀਵਨੀ ਸਵੈ ਜੀਵਨੀ ਸਫਰਨਾਮਾ ਹੁਣ ਮੈਂ ਤੁਹਾਨੂੰ ਇਹਨਾਂ ਨੂੰ ਇਸ ਵੀਡੀਓ ਦੇ ਵਿੱਚ ਕਰਵਾਉਂਗੀ ਤੇ ਸਟੂਡੈਂਟਸ ਦੇ ਚਾਰ ਨੇ ਚਾਰਾਂ ਦੇ ਵਿੱਚੋਂ ਤੁਹਾਨੂੰ ਤਿੰਨ ਐਗਜ਼ਾਮ ਦੇ ਵਿੱਚ ਆਉਣਗੇ ਮਤਲਬ ਕਿ ਤੁਸੀਂ ਇਹਨਾਂ ਦੇ ਵਿੱਚੋਂ ਇੱਕ ਛੱਡ ਸਕਦੇ ਹੋ ਕੋਈ ਇੱਕ ਕਿਉਂਕਿ ਐਗਜ਼ਾਮ ਦੇ ਵਿੱਚ ਤੁਹਾਨੂੰ ਤਿੰਨ ਆਣਗੇ ਹੀ ਆਣਗੇ ਤਾਂ ਤਿੰਨ ਆਣਗੇ ਤੁਸੀਂ ਇਹਦੇ ਵਿੱਚੋਂ ਮੈਂ ਤੁਹਾਨੂੰ ਹੁਣ ਜਿਹੜੇ ਕਿ ਤੁਸੀਂ ਮਤਲਬ ਕਿ ਆਪਣੇ ਤਿੰਨ ਬਿਲਕੁਲ ਐਨ ਪ੍ਰਪੇਅਰ ਕਰ ਲਓ ਕਿ ਤੁਸੀਂ ਉਹਦੇ ਵਿੱਚੋਂ 60 ਦੇ 60 ਮਾਰਕਸ ਲੈ ਸਕੋ ਤੇ ਇਹ 4 ਨੇ 4 ਦੇ ਵਿੱਚੋਂ ਤੁਹਾਨੂੰ ਤਿੰਨ ਆਣਗੇ ਦੇਖੋ ਜੀ ਮੈਂ ਤੁਹਾਡੇ ਇਹ ਸਿਲੇਬਸ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਕਿ ਤੁਹਾਡਾ ਜਿਹੜਾ ਕਿ ਐਗਜ਼ਾਮ ਦਾ ਪੈਟਰਨ ਕਿਵੇਂ ਹੋਊਗਾ ਇਸ ਦੇ ਵਿੱਚ ਦੇਖੋ ਸਾਹਿਤ ਬੋਧ ਪਾਠ ਪੁਸਤਕ ਦੇ ਵਿੱਚੋਂ ਤਿੰਨ ਸਾਹਿਤ ਰੂਪਾਂ ਦੇ ਨਾਂ ਦੇ ਕੇ ਕਿਸੇ ਇੱਕ ਬਾਰੇ ਨੋਟ ਲਿਖਣ ਲਈ ਕਿਹਾ ਜਾਊਗਾ ਮਤਲਬ ਕਿ ਤਿੰਨ ਆਉਣਗੇ ਠੀਕ ਹੈ ਤਿੰਨਾਂ ਦੇ ਵਿੱਚੋਂ ਤੁਸੀਂ ਇੱਕ ਦਾ ਲਿਖਣਾ ਜਿਵੇਂ ਕਿ ਤੁਹਾਡੇ ਸਿਲੇਬਸ ਦੇ ਵਿੱਚ ਹੈਗੇ ਨੇ 에 ਨਿਵੰਦ ਜੀਵਨੀ ਸਵੈ ਜੀਵਨੀ ਸਫਰਨਾਮਾ ਹਾਂਜੀ ਸਟੂਡੈਂਟ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜੇ ਕਿਸ ਦੇ ਵਿੱਚ ਵੀਡੀਓ ਵਿੱਚ ਕਰਵਾ ਰਹੀਆਂ ਸਫਰਨਾਮਾ ਕੀ ਸਫਰਨਾਮਾ ਕੀ ਹੈ ਠੀਕ ਹੈ ਤਾਂ ਇਸ ਸਾਹਿਤ ਰੂਪ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਜਾਣਕਾਰੀ ਹਾਸਲ ਕਰਾਂਗੇ ਤੇ ਇੱਕ ਸਵੈਜੀਵਨੀ ਬਾਰੇ ਵੀਡੀਓ ਨੂੰ ਪੂਰੀ ਦੇਖਣਾ ਤਾਂ ਕਿ ਤੁਸੀਂ ਚੰਗੇ ਤਰੀਕੇ ਨਾਲ ਸਮਝ ਸਕੋ ਤੇ ਤੁਹਾਨੂੰ 6 ਮਾਰਕਸ ਦੇ 6 ਮਾਰਕਸ ਆਉਣ ਤੇ ਸਫਰਨਾਮਾ ਸਫਰਨਾਮਾ ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਇਹ ਅਰਬੀ ਫਾਰਸੀ ਪਾਸ਼ਾ ਸ਼ਬਦ ਹੈ ਇਹ ਤੇ ਸਫਰਨਾਮਾ ਜਿਹੜੇ ਕਿ ਮਨੁੱਖ ਦੀ ਇੱਕ ਕੁਮਕੜ ਰੁਚੀ ਦੀ ਉਪਜਾ ਕੁਮਕੜ ਮਤਲਬ ਕੀ ਜਿਹੜਾ ਮਨੁੱਖ ਹੈ ਹਨਾ ਮਨੁੱਖ ਦੀ ਮਤਲਬ ਕੀ ਸਫਰ ਕਰਨ ਦੀ ਰੁਚੀ ਦੇ ਜੋ ਮਨ ਦੇ ਵਿੱਚ ਉਪਜਦੀ ਹੈ ਠੀਕ ਆ ਉਹਦਾ ਇਹ ਰੁਚੀ ਹੈ ਮਤਲਬ ਕਿ ਇਹ ਠੀਕ ਹੈ ਪੈਦਾ ਹੋਈ ਹੋਈ ਤੇ ਇਸ ਰੁਚੀ ਦੇ ਜਦੋਂ ਸੈਰ ਸਪਟਾ ਕਰਦਾ ਮਨੁੱਖ ਤਾਂ ਕਿਸੇ ਖਾਸ ਭੂ-ਖੰਡ ਦੇ ਜਿਹੜੀ ਕਿ ਉੱਥੋਂ ਦੀ ਰੰਗਿਨੀ ਉੱਥੋਂ ਦੀ ਖਾਸ ਵਿਸ਼ੇਸ਼ਤਾਵਾਂ ਵੀ ਲਖਣਤਾਵਾਂ ਉਹਨਾਂ ਨੂੰ ਆਪਣੇ ਅਨੁਭਵਾਂ ਐਕਸਪੀਰੀਅੰਸ ਰਾਹੀਂ ਹਨਾ ਅਹਿਸਾਸਾਂ ਤੇ ਹਾਵ ਭਾਵਾਂ ਨੂੰ ਜਦੋਂ ਉਹ ਕਿਸੇ ਖਾਸ ਕਲਾਤਮਿਕ ਢੰਗ ਦੇ ਨਾਲ ਲਿਖਤੀ ਰੂਪ ਦਿੰਦਾ ਤੋ ਉਹਨੂੰ ਕੀ ਕਹਿੰਦੇ ਨੇ ਸਫਰਨਾਮਾ ਮਤਲਬ ਕਿ ਸਫਰਨਾਮਾ ਮਨੁੱਖ ਦੀ ਇੱਕ ਕੁਮਕੜ ਰੁਚੀ ਤੋਂ ਉਪਜ ਹੈ ਤਾਂ ਇਹ ਜਿਹੜੇ ਕਿ ਜਦੋਂ ਕੋਈ ਮਨੁੱਖ ਸੈਰ ਸਪਟਾ ਕਰਦਾ ਤਾਂ ਉੱਥੋਂ ਦੇ ਰੰਗინੀਆਂ ਠੀਕ ਹੈ ਉਸਪੋਖੰਡ ਦੀਆਂ ਉੱਥੋਂ ਦੇ ਵਿਲੱਖਣਤਾਵਾਂ ਵਿਸ਼ੇਸ਼ਤਾਵਾਂ ਬਾਰੇ ਆਪਣੇ అనుਭਵ ਠੀਕ ਹੈ ਆਪਣੇ ਅਹਿਸਾਸ ਤੇ ਆਪਣੇ ਹਾ ਭਾਵਾਂ ਨੂੰ ਜਦੋਂ ਲਿਖਤੀ ਰੂਪ ਦੇ ਵਿੱਚ ਦੰਦਾ ਕਲਾਤਮਕ ਢੰਗ ਦੇ ਨਾਲ ਤਾਂ ਕਿਹਦਾ ਜਨਮ ਹੁੰਦਾ ਸਫਰ ਨਾ ਮਿਲ ਜਨਮ ਹੁੰਦਾ ਦੈਨ ਫਿਰ ਤੁਸੀਂ ਇਹਦੇ ਲੱਛਣ ਤੇ ਪ੍ਰਭਾਸ਼ਾ ਦੇਣੀਆਂ ਸਫਰਨਾਮਾ ਸ਼ਬਦ ਆ ਜਿਹੜਾ ਕਿ ਸਫਰ ਅਤੇ ਨਾਮਾ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਜਿਸ ਦਾ ਅਰਥ ਹੈ ਸਫ਼ਰ ਦਾ ਵਰਤਾਂਤ ਮਤਲਬ ਕਿ ਸਫ਼ਰਨਾਮਾ ਦੋ ਸ਼ਬਦ ਜੁੜੇ ਗਏ ਨੇ ਸਫ਼ਰ ਪਲੱਸ ਨਾਮਾ ਇਹਨਾਂ ਦੋ ਦੇ ਸ਼ਬਦਾਂ ਦੇ ਮਿਲ ਤੋਂ ਬਣਿਆ ਤੇ ਇਸ ਦਾ ਅਰਥ ਹੈ ਸਫ਼ਰ ਦਾ ਵਰਤਾਂਤ ਸਫ਼ਰਨਾਮਾ ਜਿਹੜੇ ਕਿ ਵਾਰਤਕ ਦੀ ਵਰਤਾਂਤ ਹੋ ਗਿਆ ਮਤਲਬ ਕਿ ਉੱਥੋਂ ਜੋ ਆਪਾਂ ਨੇ ਸਫ਼ਰ ਕੀਤਾ ਉਸ ਦਾ ਵਰਣਨ ਕਰਨਾ ਤਾਂ ਸਫ਼ਰਨਾਮਾ ਵਾਰਤਕ ਦੀ ਜਿਹੜੀ ਅਜਹੀ ਬਣਨਗੀ ਹੈ ਜਿਸ ਦੇ ਵਿੱਚ ਕੋਈ ਵਿਅਕਤੀ ਹੈ ਜਿਹੜਾ ਕਿ ਕਿਸੇ ਵਿਅਕਤੀ ਦੁਆਰਾ ਜੋ ਉਹਨੇ ਸੈਰ ਸਪਟਾ ਕੀਤਾ ਠੀਕ ਹੈ ਜੋ ਉਹਨੇ ਸੈਰ ਕੀਤੀ ਉਹਦਾ ਸਮਾਚਾਰ ਮਤਲਬ ਕਿ ਜਿੱਥੇ ਵੀ ਉਹਨੇ ਘੁੰਮਣ ਗਿਆ ਉਹਦਾ ਸਾਰਾ ਸਮਾਚਾਰ ਵੇਰਵਾ ਦੇਣਾ ਅੰਕਿਤ ਕਰਨਾ ਠੀਕ ਹੈ ਉਹ ਕੀ ਹੁੰਦਾ ਸਫਰਨਾਮਾ ਹੁੰਦਾ ਤਾਂ ਇਸ ਦੇ ਵਿੱਚ ਜਿਹੜੇ ਕਿ ਲੇਖਕ ਆਪ ਹੀ ਨਾਇਕ ਹੁੰਦਾ ਹੁਣ ਸਫਰਨਾਮੇ ਦੇ ਵਿੱਚ ਨਾਇਕ ਕੌਣ ਹੁੰਦਾ ਲੇਖਕ ਖੁਦ ਹੀ ਨਾਇਕ ਹੁੰਦਾ ਕਿਉਂਕਿ ਉਹ ਖੁਦ ਸਫਰ ਤੇ ਗਿਆ ਹੋਆ ਹੁੰਦਾ ਉਹਨੇ ਉੱਥੋਂ ਦੀ ਆਪਣੇ ਐਕਸਪੀਰੀਅੰਸ ਜਿਹੜੇ ਕਿ ਆਪਣੇ ਰਚਨਾ ਦੇ ਵਿੱਚ ਬਿਆਨ ਕਰਨੇ ਤਾਂ ਨਾਇਕ ਕੌਣ ਹੋਊਗਾ ਲੇਖਕ ਖੁਦ ਹੋਊਗਾ ਤੇ ਉਹ ਕਿਸੇ ਕਿਸੇ ਦੇਸ਼ ਦੀ ਯਾਤਰਾ ਨੂੰ ਆਪਣੇ అనుభవਾਂ ਤੇ ਪ੍ਰਤੀਕਰਮਾਂ ਦੁਆਰਾ ਹੀ ਪ੍ਰਸਤੁਤ ਕਰਦਾ ਠੀਕ ਹੈ ਉਸ ਤੋਂਗੇ ਬੇਸ਼ੱਕ ਜਿਹੜੇ ਕਿ ਸਫਰਨਾਮੇ ਦੇ ਬੀਜ ਰੂਪ ਆ ਆਪਾਂ ਨੂੰ ਪ੍ਰਾਤਨ ਸਾਹਿਤ ਪ੍ਰਾਤਨ ਪੱਛਮੀ ਸਾਹਿਤ ਦੇ ਵਿੱਚ ਮਿਲਦੇ ਨੇ ਪਰ ਸਾਹਿਤਿਕ ਜਿਹੜਾ ਸਫਰਨਾਮੇ ਦਾ ਆਰੰਭਾ ਇਹ ਕਦੋਂ ਹੋਇਆ ਆਧੁਨਿਕ ਕਾਲ ਦੇ ਵਿੱਚ ਹੋਇਆ ਸਾਹਿਤਿਕ ਸਫਰ ਨਾਮਾ ਕਦੋਂ ਜਨਮ ਹੋਇਆ ਆਰੰਭ ਹੋਇਆ ਆਧੁਨਿਕ ਕਾਲ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਸਫਰ ਨਾਮਾ ਸਾਹਿਦ ਜਿਹੜੇ ਕਿ ਉਪਲਜਾ ਉਹ ਕਿਸ ਦੇ ਪ੍ਰਭਾਵ ਹੇਠ ਹੋਈ ਆ ਪੱਛਮੀ ਸਾਹਿਦ ਦੇ ਪ੍ਰਭਾਵ ਹੇਠ ਹੀ ਹੋਈ ਆ ਉਸ ਤੋਂ ਅਗੇ ਸਫਰ ਨਾਮਾ ਜਿਹੜੇ ਕਿ ਵੱਡੇ ਆਕਾਰ ਦਾ ਸਾਹਿਤ ਰੂਪ ਆ ਜਿਸ ਦੁਆਰਾ ਲੇਖਕ ਆਪਣੇ ਨਾਲ ਜੁੜਿਆ ਜਿਹੜੇ ਕਿ ਘਟਨਾਵਾਂ ਦੇ ਵਰਣਨ ਰਾਹੀਂ ਜਿਹੜੇ ਕਿ ਸਮੇਂ ਸਥਾਨ ਦੇਸ਼ ਦੀ ਰਾਜਨੀਤਿਕ ਸਮਾਜਿਕ ਧਾਰਮਿਕ ਸੱਭਿਆਚਾਰਕ ਇਹਨਾਂ ਸਾਰੀਆਂ ਪ੍ਰਸਥਿਤੀਆਂ ਦਾ ਜਿਹੜੇ ਕੀ ਵਿਆਣ ਆਪਣੇ ਮਤਲਬ ਕਿ ਆਪਣੀ ਰਚਨਾ ਦੇ ਵਿੱਚ ਕਰਦਾ ਜਿੱਥੋਂ ਵੀ ਉਹਨੇ ਸਾਇਰ ਕੀਤੀ ਆ ਜਿਸ ਦੇਸ਼ ਦੀ ਸਾਇਰ ਕੀਤੀ ਆ ਜੋ ਉਸ ਲੇਖਕ ਨੇ ਵਰਣਨ ਕਰਨਾ ਤਾਂ ਉਹਦੇ ਨਾਲ ਨਾਲ ਉਹਦੇ ਜਿੰਨੀਆਂ ਵੀ ਘਟਨਾਵਾਂ ਜੁੜੀਆਂ ਹੁੰਦੀਆਂ ਨੇ ਉਹਨਾਂ ਦਾ ਵਰਣਨ ਤੇ ਸਮੇਂ ਦਾ ਸਥਾਨ ਦਾ ਤੇ ਆਪਾਂ ਨੂੰ ਉੱਥੋਂ ਦੀ ਜਿਹੜੀ ਜੋ ਪੋਲਿਟਿਕਲ ਸੋਸ਼ਲ ਰਿਲੀਜੀਅਸ ਕਲਚਰਲ ਜੋ ਵੀ ਜਿਹੜੇ ਕਿ ਪ੍ਰਸਥਿਤੀਆਂ ਨੂੰ ਦਾ ਆਪਾਂ ਨੂੰ ਵਰਣਨ ਮਿਲਦਾ ਤੇ ਪਾਠਕਾ ਜਿਹੜੇ ਕਿ ਦੇਸ਼ ਵਿਦੇਸ਼ਾਂ ਦੀ ਸੈਰ ਦਾ ਘਰ ਬੈਠਾ ਹੀ ਆਨੰਦ ਮਾਣਦਾ ਹੁਣ ਜਦੋਂ ਸਫਰ ਨਾਮੇ ਦੇ ਵਿੱਚ ਇਹ ਸਾਰੇ ਚੀਜ਼ਾਂ ਦਾ ਵਰਣਨ ਹੁੰਦਾ ਤਾਂ ਜੋ ਉਹਨੂੰ ਸਟੱਡੀ ਕਰਦਾ ਹਨਾ ਮਤਲਬ ਕਿ ਪਾਠਕਾ ਤਾਂ ਉਹ ਘਰ ਬੈਠਾ ਹੀ ਮਤਲਬ ਕਿ ਕਈ ਵਾਰ ਘਟਨਾਵਾਂ ਨੂੰ ਇਹਨੇ ਵਧੀਆ ਢੰਗ ਨਾਲ ਜਿਹੜੇ ਕਿ ਬਿਆਨ ਕੀਤਾ ਹੋ ਹੁੰਦਾ ਰਚਨਾਵਾਂ ਦੇ ਵਿੱਚ ਤਾਂ ਆਪਾਂ ਨੂੰ ਜਦੋਂ ਉਹਨੂੰ ਪੜਦੇ ਤਾਂ ਆਪਾਂ ਨੂੰ ਖੁਦ ਲੱਗਦਾ ਕਿ ਆਪਾਂ ਵੀ ਨਾਲ ਆ ਜਿਹੜੇ ਕਿ ਲੇਖਕ ਦੇ ਆਪਾਂ ਨਾਲ ਹੀ ਜਿਹੜੇ ਕਿ ਸੈਰ ਕਰ ਰਹੇ ਹਾਂ ਤੋਂ ਸਾਰੀ ਚੀਜ਼ ਦਾ ਆਪਾਂ ਨੂੰ ਘਰ ਬੈਠੇ ਹੀ ਆਨੰਦ ਮਾਣਦਾ ਤਾਂ ਇਸ ਦੇ ਵਿੱਚ ਲੇਖਕ ਆਪਣੇ అనుభవਾਂ ਦਾ ਵੇਰਵਾ ਕਰਦਾ ਠੀਕ ਹੈ ਤੇ ਇਹਨਾਂ ਭਾਵਾਂ ਦੇ ਵੇਰਵੇ ਆਪਣੀ ਆਲੋਚਨਾਤਮਕ ਦ੍ਰਿਸ਼ਟੀ ਨਾਲ ਕਰਦਾ ਜੋ ਨੇ ਐਕਸਪੀਰੀਅਲ ਫੀਲ ਕੀਤਾ ਹੁੰਦਾ ਐਕਸਪੀਰੀਅੰਸ ਹੁੰਦਾ ਠੀਕ ਹੈ ਉਹਨਾਂ ਦਾ ਵਰਣਨ ਕਰਦਾ ਤੇ ਸਾਰੀਆਂ ਵਾਰਤਕ ਰੰਗੀਆਂ ਨੇ ਜਿਹੜੇ ਕਿ ਮੁਸੰਜਮਾ ਹੈ ਬੇਸ਼ੱਕ ਜਿਹੜੇ ਕਿ ਸਫਰਨਾਮਾ ਸਵੈ ਜੀਵਨੀ ਨਿਵੰਦ ਰੇਖਾ ਚਿੱਤਰ ਮਹਾਕਾਵ ਤੇ ਨਾਟਕ ਦੇ ਗੁਣ ਆਪਣੇ ਦੇ ਵਿੱਚ ਸਮੋਜ ਰੱਖਦਾ ਪਰ ਫਿਰ ਵੀ ਜਿਹੜੇ ਕਿ ਇਹ ਇੱਕ ਸੁਤੰਤਰ ਸਾਹਿਤ ਰੂਪ ਹੈ ਸਫਰ ਨਾਮ ਜਿਹੜੇ ਕਿ ਇੱਕ ਵਰਤਾਂਤਿਕ ਗਦ ਰਚਨਾ ਹੁੰਦੀ ਹੈ ਜਿਦੇ ਵਿੱਚ ਵਰਣਨ ਯੰਸ਼ ਕਾਫੀ ਹੁੰਦਾ ਕਿਹੜਾ ਅੰਸ਼ ਕਾਫੀ ਹੁੰਦਾ ਵਰਣਨ ਕਰਨ ਵਾਲਾ ਤੇ ਇਸ ਦਾ ਉਦੇਸ਼ ਬਿੰਦੂ ਜਿਹੜੇ ਕਿ ਬਹੁਤਾ ਕਰਕੇ ਕੀ ਹੁੰਦਾ ਅਨਡਿੱਠੀ ਵਿਗਾਨੀ ਧਰਤੀ ਤੇ ਪ੍ਰਵਾਸੀ ਜਨ ਜੀਵਨ ਹੁੰਦਾ ਉਦੇਸ਼ ਦੇ ਠੀਕ ਹੈ ਕੀ ਹੁੰਦਾ ਇਹਦਾ ਅਨਡਿੱਠੀ ਵਿਗਾਨੀ ਧਰਤੀ ਤੇ ਪ੍ਰਵਾਸੀ ਜਨ ਜੀਵਨ ਹੁੰਦਾ ਤੇ ਲੇਖਕ ਇਸ ਦਾ ਸਾਰਾ ਵਰਤਾਂਤ ਜਿਹੜੇ ਕਿ ਲੇਖ ਮੈਂ ਸ਼ੈਲੀ ਦੇ ਵਿੱਚ ਨਵਾਉਂਦਾ ਮਤਲਬ ਕਿ ਸਫਰ ਨਾਮ ਦੇ ਵਿੱਚ ਜਿਹੜਾ ਸਾਰਾ ਵਿਰਤਾਂਤ ਦਾ ਲੇਖਕ ਉਹ ਖੁਦ ਹੀ ਨਾਇਕ ਹੁੰਦਾ ਤੋ ਉਹ ਜਿਹੜੇ ਕਿ ਮਾਇ ਸ਼ੈਲੀ ਦੇ ਵਿੱਚ ਸਾਰਾ ਜਿਹੜੇ ਕਿ ਵਿਰਤਾਂਤ ਕਰਦਾ ਤੇ ਉਹ ਆਪ ਹੀ ਨਾਇਕਾ ਆਪ ਹੀ ਲੋਚਕਾ ਆਪ ਹੀ ਦ੍ਰਿਸ਼ਟ ਤੇ ਸ੍ਰਿਸ਼ਟ ਹੁੰਦਾ ਠੀਕ ਹੈ ਤੇ ਉਸ ਦੇ ਸਫਰ ਦੇ ਵਿੱਚ ਆਉਣ ਵਾਲਾ ਹਰ ਵਿਅਕਤੀ ਹਰ ਚੀਜ਼ ਇਮਾਰਤ ਸਥਾਨ ਅਨੁਭਵ ਘਟਨਾ ਉਹਦੇ ਸਫਰ ਨਾਮੇ ਦੀ ਰਚਨਾ ਦੀ ਜਿਹੜੀ ਕਿ ਪਿਠਭੂਮੀ ਬਣਦੇ ਨੇ ਮਤਲਬ ਕਿ ਉਹ ਸਾਰੀਆਂ ਚੀਜ਼ਾਂ ਉਹਦੇ ਸਫਰ ਨਾਮੇ ਦੇ ਵਿੱਚ ਬਿਆਨ ਕੀਤੀਆਂ ਵੀ ਹੁੰਦੀਆਂ ਨੇ ਹੁਣ ਉਸ ਤੋਂ ਅੱਗੇ ਸਫ਼ਰ ਨਵੇਂ ਲਗਉਣ ਆਈ ਹੋਪ ਤੁਸੀਂ ਜਿਹੜੇ ਕੀ ਸਮਝ ਗਏ ਹੋਵੋਗੇ ਅ ਠੀਕ ਹੈ ਪਹਿਲਾ ਆਪਣਾ ਸਫਰਨਾਮਾ ਜਿਹੜਾ ਕਿ ਹੈ ਕਿ ਉਹਦੇ ਵਿੱਚ ਦੱਸਿਆ ਫਿਰ ਸਫਰਨਾਮੇ ਦੇ ਲੂਚਨ ਆਪਣਾ ਵਿਆਖਿਆਨ ਕੀਤਾ ਨੇ ਫਿਰ ਇਹ ਦੱਸਿਆ ਕਿ ਉਹ ਪੱਛਮੀ ਸਾਇ ਦੇ ਜਿਹੜੇ ਕੀ ਰੂਪ ਦੇ ਵਿੱਚ ਆਇਆ ਤੇ ਸਫਰਨਾਮਾ ਹੈ ਕਿ ਮਤਲਬ ਕਿ ਕੋਈ ਲੇਖਕ ਕਿਸੇ ਦੇਸ਼ ਵਿਦੇਸ਼ ਦੀ ਜਦੋਂ ਯਾਤਰਾ ਕਰਦਾ ਠੀਕ ਹੈ ਸੈਰ ਤੇ ਜਾਂਦਾ ਤਾਂ ਉੱਥੋਂ ਦਾ ਸਾਰਾ ਵਰਣਨ ਕਰਦਾ ਉਹਦੇ ਨਾਲ ਕਟਨਾਮਾ ਜੁੜਿਆ ਹੋਇਆ ਸਮਾਸਥਾਨੋਂ ਸਾਰੀ ਆਪਾਂ ਨੂੰ ਜਿਹੜੀ ਕਿ ਜਾਣਕਾਰੀ ਮਿਲਦੀ ਆ ਤੇ ਉਹ ਇਸ ਤਰੀਕੇ ਨਾਲ ਵਿਆਖਿਆ ਕਰਦਾ ਕਿ ਆਪਾਂ ਖੁਦ ਹੀ ਘਰ ਬੈਠੇ ਜਿਹੜੇ ਕਿ ਆਨੰਦ ਮਾਣ ਰਹੇ ਹੁੰਦਾ ਸੈਰ ਦਾ ਦੇਸ਼ ਵਿਦੇਸ਼ ਦੀ ਤੇ ਇਸ ਦੇ ਵਿੱਚ ਖੁਦ ਹੀ ਜਿਹੜੇ ਕਿ ਲੇਖਕ ਮੈਂ ਪਾਤਰ ਹੁੰਦਾ ਮਤਲਬ ਕਿ ਖੁਦ ਹੀ ਉਹ ਜਿਹੜੇ ਕਿ ਨਾਇਕ ਹੁੰਦਾ ਤੇ ਸਾਰੀ ਸ਼ੈਲੀ ਜਿਹੜੀ ਕਿ ਮੈਂ ਮਤਲਬ ਕਿ ਮੈਂ ਸ਼ੈਲੀ ਦੇ ਵਿੱਚ ਹੁੰਦੀ ਹੈ ਅਗੇ ਗੁਣਕੀ ਨੇ ਸਫਰ ਨਾਮੇ ਨੇ ਹੁਣ ਸਫਰਨਾਮਾ ਲੇਖਕ ਦੇ ਵਿੱਚ ਬਾਕੀ ਸਾਹਿਤ ਰੂਪਾਂ ਨਾਲੋਂ ਜਿਹੜੇ ਕਿ ਨਵੇਕਲੇ ਗੁਣ ਵੀ ਹੁੰਦੇ ਨੇ ਉਹ ਇੱਕ ਕੀ ਹੈ ਇਹਨਾਂ ਦੇ ਵਿੱਚੋਂ ਕੀ ਉਹੋ ਇੱਕ ਸ਼ਲਾਨੀ ਹੀ ਨਹੀਂ ਸਗੋ ਸੁਚੇਤ ਤੇ ਗਿਆਨਵਾਨ ਵਿਅਕਤੀ ਵੀ ਹੁੰਦਾ ਠੀਕ ਹੈ ਮਤਲਬ ਕਿ ਕਿਉਂਕਿ ਉਹਨੇ ਤਾਂ ਹੀ ਉਹ ਆਪਣੀ ਸੋਚ ਸਿਆਣਪ ਦੇ ਨਾਲ ਸਾਰਾ ਵਰਣਨ ਕਰਦਾ ਤੇ ਜਿਸ ਦੀ ਸਖਸ਼ੀਅਤ ਤੇ ਅਲੋਚਨਾਤਮਕ ਵਿਰਤੀ ਜਿਹੜੇ ਕੀ ਪ੍ਰਗਟ ਹੁੰਦੀ ਆ ਤੇ ਉਹ ਸਫਰਨਾਮੇ ਦੇ ਕੇਂਦਰ ਦੇ ਵਿੱਚ ਹੁੰਦਾ ਹੋਇਆ ਵੀ ਪ੍ਰਧਾਨ ਤੇ ਪ੍ਰਮੁੱਖ ਨਹੀਂ ਹੁੰਦਾ ਉਸ ਤੋਂਗੇ ਸਫਰ ਨਾਮੇ ਦੇ ਤੱਤ ਕਿਹੜੇ ਨੇ ਹੁਣ ਸਫਰ ਨਾਮੇ ਦੀ ਰਚਨਾ ਦੇ ਵਿੱਚ ਹੈਡਿੰਗ ਸਟੂਡੈਂਟਸ ਤੁਸੀਂ ਜ਼ਰੂਰ ਮਾਈਂਡ ਦੇ ਵਿੱਚ ਰੱਖ ਕੇ ਹੈਡਿੰਗ ਵੱਧ ਤੋਂ ਵੱਧ ਜਿਹੜੇ ਕਿ ਜਿੰਨੇ ਹੈਗੇ ਨੇ ਉਹਨੇ ਮਤਲਬ ਕਿ ਰੱਖਣੇ ਨੇ ਕਿਉਂਕਿ ਹੈਡਿੰਗ ਨੂੰ ਅੰਡਰਲਾਈਨ ਵੀ ਕਰਨਾ ਪ੍ਰੋਪਰ ਵੇ ਨਾਲ ਅੱਗੇ ਸਫਰ ਨਾਮੇ ਦੇ ਤੱਤ ਕਿਹੜੇ ਨੇ ਸਫਰ ਨਾਮੇ ਦੀ ਰਚਨਾ ਦੇ ਵਿੱਚ ਕਈ ਤੱਤ ਹੁੰਦੇ ਨੇ ਜਿਹੜੇ ਕਿ ਜਿਵੇਂ ਭੂਗੋਲਿਕ ਵਰਲਨ ਕਾਨਾ ਸੰਸਥਾਵਾਂ ਉਪਜ ਦੇ ਉਤਪਾਦਨ ਨਵ ਵਿਵਸਥਾ ਰਾਜ ਪ੍ਰਬੰਧ ਤਰਜੇ ਜ਼ਿੰਦਗੀ ਦ੍ਰਿਸ਼ਾਵਲੀ ਅਜੂਬੇ ਵਿਰਸਾ ਵਿਰਾਸਤ ਉਦੇਸ਼ ਠੀਕ ਹੈ ਮੈਂ ਕੇਂਦਰੀਤ ਰਚਨਾ ਭਾਸ਼ਾ ਕਲਾ ਸ਼ੈਲੀਆਂ ਜਿੰਨੇ ਵੀ ਇਹਨਾਂ ਦੇ ਵਿੱਚੋਂ ਤੁਸੀਂ ਯਾਦ ਕਰ ਸਕੋ ਤੇ ਸਫਰ ਨਾਮੇ ਲਈ ਕਈ ਪ੍ਰਕਾਰ ਦੇ ਜਿਹੜੇ ਕਿ ਕਲਾਜੁਗਤ ਦੀ ਵਰਤੋਂ ਵੀ ਹੁੰਦੀ ਹੈ ਹੁਣ ਸਫਰ ਨਾਮੇ ਦੇ ਵਿਕਾਸ ਪੜਾਅ ਦੇ ਵਿੱਚ ਮਤਲਬ ਕੀ ਕਿਹੜੇ-ਕਿਹੜੇ ਰਾਈਟਰਸ ਦੇ ਆਪਾਂ ਨੂੰ ਮਿਲਦੇ ਨੇ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਕਿ ਲਾਲ ਲਾਲ ਸਿੰਘ ਕਮਲਾ ਕਾਲੀ ਦਾ ਆਪਾਂ ਨੂੰ ਸਫਰਨਾਮਾ ਮਿਲਦਾ ਮੇਰਾ ਬਲੈਟਿ ਸਫਰਨਾਮਾ ਠੀਕ ਹੈ ਲਾਲ ਸਿੰਘ ਕਮਲਾ ਕਾਲੀ ਦਾ ਸਭ ਤੋਂ ਇਹ ਮੇਰਾ ਬਲੈਟਿ ਸਫਰਨਾਮਾ ਇਸ ਤੋਂ ਪਿੱਛੋਂ ਹਰਦਿਤ ਸਿੰਘ ਦਾ ਫਿਰ ਡਾਕਟਰ ਸ਼ੇਰ ਸਿੰਘ ਦਾ ਪਿਆਰਾ ਸਿੰਘ ਪਦਮ ਦਾ ਐਸਐਸ ਅਮੋਲ ਦਾ ਨਰਿੰਦਰਪਾਲ ਬਲਰਾਜ ਸਾਨੀ ਪ੍ਰੀਤਮ ਸਿੰਘ ਅਰਵਿੰਦਰ ਰਵੀ ਇਹਨਾਂ ਸਾਰਿਆਂ ਦੇ ਆਪਾਂ ਨੂੰ ਜਿਹੜੇ ਕਿ ਸਫਰਨਾਮੇ ਦੇ ਵਰਣਨ ਮਿਲਦੇ ਨੇ ਤੇ ਲਾਲਾ ਲਾਲ ਸਿੰਘ ਕਮਲਾ ਅਕਾਲੀ ਦਾ ਜਿਹੜਾ ਸਫਰਨਾਮਾ ਇਸ ਦੇ ਸਟੂਡੈਂਟਸ ਦੋ ਭਾਗ ਨੇ ਠੀਕ ਆ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਤੁਸੀਂ ਵੀ ਐਕਸਟਰਾ ਨੋਲਜ ਦੱਸ ਰਹੀ ਮੈਂ ਤੇ ਇਹ ਆ ਮੇਰਾ ਵਿਲਾਇਤੀ ਸਫਰਨਾਮਾ ਜਿਸ ਦੇ ਦੋ ਭਾਗ ਨੇ ਤੇ ਇਹਦਾ ਪਹਿਲਾ ਭਾਗ ਆ ਜਿਹੜੇ 1931 ਵੀ ਦੇ ਵਿੱਚ ਛਪਿਆ ਜਿਸ ਦੇ ਵਿੱਚ 10 ਕਾਂਡ ਸੀ ਤੇ ਉਸ ਤੋਂ ਬਾਅਦ ਦੂਜਾ ਜਿਹੜਾ ਕਿ 1933 ਦੇ ਵਿੱਚ ਛਪਿਆ ਜਿਸ ਦੇ 9 ਕਾਣ ਸੀ ਮਤਲਬ ਕਿ ਟੋਟਲ ਸਫਰ ਨਾਮੇ ਦੇ 19 ਕਾਣ ਨੇ ਜਿਹੜਾ ਕਿ 131 ਦੇ ਵਿੱਚ ਛਪਿਆ 1931 ਚ ਦੂਜਾ 1933 ਦੇ ਵਿੱਚ ਛਪਿਆ ਤੇ ਸਫਰ ਨਾਮੇ ਦੇ ਜਿਹੜੇ ਕਿ ਇਸ ਦੇ ਵਿੱਚ ਇਹਨਾਂ ਨੇ ਇੰਗਲੈਂਡ ਦੇ ਨਾਲ ਲੱਗਦੇ ਜਿਹੜੇ ਮੁਲਕਾਂ ਦੀ ਵੀ ਸੈਰ ਜਿਹੜੀ ਕਿ ਕੀਤੀ ਉਹ ਵੀ ਵਰਣਨ ਕੀਤਾ ਉਹਨਾਂ ਨੇ ਆਪਣੇ ਸਫਰ ਨਾਮੇ ਵਿੱਚ ਲੰਡਨ ਪੈਰਿਸ ਫਰਾਂਸ ਸਵਿਟਜ਼ਰਲੈਂਡ ਇਹਨਾਂ ਸਾਰਿਆਂ ਦਾ ਜਿਹੜਾ ਕਿ ਜ਼ਿਕਰ ਕੀਤਾ ਤੇ ਬਲਰਾਜਸਾਨੀ ਦੇ ਜਿਹੜੇ ਕਿ ਮੇਰਾ ਰੂਸੀ ਸਫਰਨਾਮਾ 1967 ਦੇ ਵਿੱਚ ਬਲਰਾਜਸਾਨੀ ਦਾ 1967 ਦੇ ਵਿੱਚ ਠੀਕ ਹੈ ਮੇਰਾ ਰੂਸੀ ਸਫਰਨਾਮਾ ਤੇ ਮੇਰਾ ਪਾਕਿਸਤਾਨੀ ਸਫਰਨਾਮਾ ਦਾ ਹੈਗਾ 1969 ਇਸਵੀ ਦੇ ਵਿੱਚ ਇਹ ਤੁਸੀਂ ਇਹ ਵੀ ਯਾਦ ਕਰ ਸਕਦੇ ਹੋ ਕਿਉਂਕਿ রাইਟਰਸ ਦੇ ਨੇਮ ਲਿਖਣ ਦੇ ਵੀ ਤੁਹਾਨੂੰ 1 ਮਾਰਕਸ ਮਿਲਣਾ ਤੇ 1 ਮਾਰਕਸ ਜਿਹੜੇ ਇਹਨਾਂ ਦਾ ਪਰਿਭਾਸ਼ਾ ਦੇਣਾ ਬਾਕੀ ਜੋ ਤੁਸੀਂ ਵਿੱਚ ਕੰਟੈਂਟ ਲਿਖ ਰਹੋ ਹਾਂਜੀ ਇਸ ਦੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਫਰਨਾਮਾ ਕਰਵਾਇਆ ਨੈਕਸਟ ਵੀਡੀਓ ਦੇ ਵਿੱਚ ਜਿਹੜੇ ਕਿ ਮੈਂ ਸਵੈ ਜੀਵਨੀ ਕਰਵਾ ਮੰਗੀ ਥੈਂਕਸ